ਸ਼ਾਮ ਲਾਲ ਦਾ ਢਾਬਾ ਜੋ ਕਿ ਨੇੜੇ ਨਿਊ ਚੂੜ ਚੱਕ ਰੋਡ GT ਰੋਡ ਅਜੀਤਵਾਲ ਜ਼ਿਲ੍ਹਾ ਮੋਗਾ ਵਿਖੇ ਸਥਿਤ ਹੈ। ਇਹ ਢਾਬਾ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਢਾਬੇ ਵਿੱਚ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਬੀਤੇ ਦਿਨੀ ਸਾਡੀ ਟੀਮ ਨੇ ਢਾਬੇ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪ੍ਰੈਸ ਦੀ ਟੀਮ ਵੱਲੋਂ ਇੱਕ ਰਿਪੋਰਟ। ਸ਼ਾਮ ਲਾਲ ਢਾਬੇ ਤੋਂ ਤੁਸੀਂ ਆਏ, ਕਿੱਦਾਂ ਦਾ ਤੁਹਾਨੂੰ ਇੱਧਰ ਦਾ ਬਿਹੇਵੀਅਰ ਲੱਗਿਆ ਤਾਂ ਕਿੱਦਾਂ ਦੇ ਵਿਅੰਜਨ ਲੱਗੇ? ਸਭ ਤੋਂ ਪਹਿਲਾਂ ਤਾਂ ਮੈਂ ਸਰ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਬੰਦਾ ਐਂਟਰ ਕਰਦਾ ਸ਼ਾਮ ਲਾਲ ਢਾਬੇ ਦੇ ਉੱਪਰ ਔਰ ਵੈਲਕਮ ਕਰਦੇ ਜੀ ਆਇਆਂ ਨੂੰ, ਤੁਹਾਡਾ ਵੀ ਸਾਡੇ ਕੋਲ ਆਏ ਜੀ। ਔਰ ਸਾਡਾ ਇਹ ਦੂਸਰਾ ਬ੍ਰਾਂਚ ਹੈ, ਪਹਿਲੀ ਬ੍ਰਾਂਚ ਇਹਨਾਂ ਦੀ ਮੋਗੀ ਦੇ ਲੱਗੀ ਆ, ਉੱਥੇ ਇਹਨਾਂ ਦੇ ਦਾਦਾ ਜੀ ਰਹਿੰਦੇ ਆ। ਔਰ ਹੁਣ ਇਹਨਾਂ ਨੇ ਜਸਟ ਰੀਸੈਂਟਲੀ 2-3 ਮਹੀਨੇ ਹੋ ਗਏ ਇੱਥੇ ਮਤਲਬ ਖੋਲ੍ਹਿਆ, ਪਹਿਲਾਂ ਅਸੀਂ ਉੱਥੇ ਹੁੰਦੇ ਸੀ, ਹੁਣ ਅੱਜ ਅਸੀਂ ਖੋਲ੍ਹਿਆ ਸੀ ਵੀ ਚੈੱਕ ਕਰਕੇ ਆਉਂਦੇ ਉੱਥੇ ਕੀ ਕੁਝ ਖਵਾਉਂਦੇ ਆ। ਔਰ ਅਸੀਂ ਮਤਲਬ ਚਿੱਲੀ ਚਿਕਨ ਵਗੈਰਾ ਉਹਨਾਂ ਦਾ ਖਾਧਾ ਔਰ ਬਹੁਤ ਹੀ ਟੇਸਟੀ ਆ, ਪਲੱਸ ਸਨੈਕਸ ਜਿਹੜੇ ਖਾਂਦੇ ਆਪਾਂ ਅਸੀਂ ਉਹ ਬਹੁਤ ਟੇਸਟ ਹੈਗੇ ਆ। ਜਿਹੜੀ ਉਹਨਾਂ ਦੀ ਮਤਲਬ ਸੌਸ ਵਗੈਰਾ ਹੈਗੀ ਆ ਬਹੁਤ ਹੀ ਵਧੀਆ ਲੱਗੀ ਆਪਾਂ ਨੂੰ। ਔਰ ਜਿਹੜੇ ਇਹਨਾਂ ਦੇ ਮਤਲਬ ਆਪਣੇ ਕੰਮ ਕਰਦੇ ਆ, ਮਤਲਬ ਆਪਾਂ ਨੂੰ ਕਰਿੰਦੇ ਨਹੀਂ ਕਹਿ ਸਕਦੇ, ਆਪਾਂ ਉਹਨਾਂ ਨੂੰ ਐਜ਼ ਏ ਫੈਮਿਲੀ ਮੈਂਬਰ ਕਹਿ ਸਕਦੇ। ਉਹਨਾਂ ਦਾ ਬਿਹੇਵੀਅਰ ਬਹੁਤ ਵਧੀਆ ਹੈਗਾ ਔਰ ਮੈਨੂੰ ਤਾਂ ਬਹੁਤ ਵਧੀਆ ਲੱਗਾ ਹੈਗਾ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ, ਰਾਤ ਦੁੱਗਣੀ ਔਰ ਦਿਨ ਚੁਗਣੀ ਤਰੱਕੀ ਕਰੇ। ਅਤੇ ਸ਼ਾਮ ਨਾਲ ਇਹ ਢਾਬਾ ਜਿਹੜਾ ਹੈਗਾ ਮੋਗਾ ਰੋਡ ਦੇ ਉੱਪਰ ਹੈਗਾ ਲੁਧਿਆਣਾ ਜੀ। ਤੁਸੀਂ ਇੱਥੋਂ ਲੰਚ ਕੀਤਾ, ਕਿੱਦਾਂ ਤੁਹਾਨੂੰ ਲੱਗਿਆ? ਸਰ ਲੰਚ ਬਹੁਤ ਹੀ ਟੇਸਟੀ ਹੈਗਾ ਸੀ ਔਰ ਅਸੀਂ ਇੱਕ ਇਹਨਾਂ ਦੀ ਸਪੈਸ਼ਲ ਆਈਟਮ ਪੁੱਛਿਆ ਸੀ ਵੀ ਕਿਹੜੀ ਤੁਹਾਡੀ ਹੈਗੀ, ਔਰ ਕਹਿੰਦੇ ਸਾਡੀ ਸਪੈਸ਼ਲ ਆਈਟਮ ਹੈਗੀ ਆ ਪਨੀਰ, ਸ਼ਾਮ ਲਾਲ ਦਾ ਪਨੀਰ ਦਾ ਜਿਹੜਾ ਅਸੀਂ ਮਤਲਬ ਲੰਚ ਕੀਤਾ ਹੈਗਾ ਔਰ ਟੋਟਲੀ ਵੈਸ਼ਨੋ ਬਹੁਤ ਹੀ ਸਾਨੂੰ ਚੰਗਾ ਲੱਗਾ। ਮੇਰੀ ਫੈਮਿਲੀ ਨਾਲ ਆਈ ਹੈ, ਮਿਸਿਜ ਨਾਲ ਬੈਠੇ ਆ, ਮੇਰੇ 2 ਬੇਟੇ ਆ ਔਰ ਇੱਕ ਮੇਰੀ ਮਿਸਿਜ ਹੈਗੀ ਹੈ। ਸਾਨੂੰ ਬਹੁਤ ਹੀ ਵਧੀਆ ਲੱਗਾ ਖਾ ਕੇ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਭੈਣ ਜੀ ਤੁਹਾਨੂੰ ਕਿੱਦਾਂ ਲੱਗਿਆ ਖਾ ਕੇ, ਕਿਉਂਕਿ ਭਾਈ ਸਾਹਿਬ ਨੂੰ ਤਾਂ ਬਹੁਤ ਜ਼ਿਆਦਾ ਮਤਲਬ ਜਿੱਦਾਂ ਇਹ ਦੱਸ ਰਹੇ ਨੇ, ਤੁਹਾਨੂੰ ਕਿੱਦਾਂ ਲੱਗਿਆ? ਬਹੁਤ ਵਧੀਆ ਲੱਗਾ, ਇਹਨਾਂ ਨੇ ਲੰਚ ਕੀਤਾ ਅਸੀਂ ਔਰ ਵੈਜੀਟੇਰੀਅਨ ਸਾਰਾ ਖਾਧਾ, ਖਾਣਾ ਬਹੁਤ ਅੱਛਾ ਸੀਗਾ, ਪਨੀਰ ਦੀ ਸਬਜ਼ੀ ਬਹੁਤ ਅੱਛੀ ਸੀਗੀ, ਬਾਕੀ ਦਾਲ ਵਗੈਰਾ ਵੀ ਬਣੀ ਸੀ ਬਹੁਤ ਅੱਛੀ ਸੀਗੀ ਔਰ ਜੋ ਕਸਟਮਰ ਆਉਂਦੇ ਆ ਉਹ ਬਹੁਤ ਵਧੀਆ ਬਿਹੇਵ ਕਰਦੇ ਆ ਸਾਰਿਆਂ ਨਾਲ ਔਰ ਅੱਗੇ ਤੋਂ ਵੀ ਅਸੀਂ ਇੱਧਰ ਜਾਵਾਂਗੇ, ਅੱਗੇ ਲੁਧਿਆਣੇ ਤਾਂ ਅਸੀਂ ਇੱਥੇ ਜ਼ਰੂਰ। ਹਾਂਜੀ ਹਾਂਜੀ ਬਹੁਤ ਵਧੀਆ, ਬੱਚੇ ਵੀ ਇਸ ਬੱਚੇ ਦਾ ਬਿਹੇਵ ਬਹੁਤ ਵਧੀਆ ਵਾ ਇਹਨਾਂ ਦਾ ਔਰ ਭਾਜੀ ਆ ਉਹ ਵੱਡੇ, ਉਹਨਾਂ ਦਾ ਬਹੁਤ ਵਧੀਆ ਬਿਹੇਵ ਆ ਅਤੇ ਅੱਗੇ ਬਹੁਤ ਤਰੱਕੀ ਕਰਨਗੇ। ਤੰਦੂਰੀ ਤੁਸੀਂ ਇੱਥੇ ਟੇਸਟ ਕੀਤਾ, ਕੀ ਕਹਿਣਾ ਚਾਹੋਗੇ? ਹਾਂਜੀ ਬਹੁਤ ਸਵਾਦ ਹੈਗੇ ਇਹਨਾਂ ਦੇ ਪਰੌਂਠੇ, ਹੋਰ ਦਾਲ ਦੂਲ ਪਨੀਰ ਵੀ ਬਹੁਤ ਸਵਾਦ ਹੈ ਇਹਨਾਂ ਦਾ। ਬਾਅਦ ਜੋ ਅੰਦਰ ਬਾਹਰੋਂ ਲੱਗਦਾ ਕਿ ਜਿਵੇਂ ਪੁਰਾਣੇ ਜਿਹਾ ਟਾਈਪ, ਅੰਦਰੋਂ ਪੂਰਾ ਨਿਊ ਹੀ ਹੈਗਾ, ਤਾਂ ਵਧੀਆ ਲੱਗਦਾ, ਐਟਮੋਸਫੇਅਰ ਜਿਹਾ ਵਧੀਆ ਹੁੰਦਾ, ਐਵੇਂ ਤਾਂ ਚਾਹੀਦਾ। ਹੋਰ ਵੀਰੇ ਤੈਨੂੰ ਕਿੱਦਾਂ ਲੱਗਿਆ ਹੀਰੋ? ਠੀਕ ਹੀ, ਮਤਲਬ ਇੰਨਾ ਵੀ ਨਹੀਂ ਮਾੜਾ, ਬਹੁਤ ਵਧੀਆ ਸੀ, ਏਸੀ ਉਸੀ ਲੱਗਾ ਸਾਰਾ ਕੁਛ ਅਤੇ DJ ਵੀ ਬਹੁਤ ਵਧੀਆ ਸੀ, ਬਾਕੀ ਰੱਬ ਕਰੇ ਹੋਰ ਇਹਨਾਂ ਤਰੱਕੀ ਹੋਵੇ। ਲੱਗਦਾ ਤੁਹਾਨੂੰ ਇੱਕ ਨਹੀਂ ਜੀ ਲੁੱਕ ਆਉਂਦੀ ਹੈ, ਜਿੱਦਾਂ ਮੋਗੇ ਵਾਲੇ ਏਰੀਏ 'ਚ ਆਪਾਂ ਕੋਈ ਵੀ ਏਡਾ ਖੁੱਲ੍ਹਾ ਡੁੱਲਾ ਜਿਹੜਾ ਹੈਗਾ ਨਹੀਂ ਐਟਮੋਸਫੇਅਰ ਦੇਖ ਸਕਦੇ ਖਾਣ ਪੀਣ ਦਾ, ਇਹ ਸਭ ਤੋਂ ਵਧੀਆ ਸੀ। ਬਾਕੀ ਜਿੰਨੇ ਮੈਂ ਵੇਖੇ ਆ ਸਾਰੇ ਮਤਲਬ ਠੀਕ, ਇੰਨੇ ਨਹੀਂ। ਔਰ ਜਦੋਂ ਬੰਦਾ ਮੋਗੇ ਤੋਂ ਚੱਲਦਾ ਸੀਗਾ ਤਾਂ ਜਗਰਾਵਾਂ ਉੱਥੋਂ ਤੱਕ ਜਾਂਦਾ ਸੀ ਲੁਧਿਆਣੇ ਤੱਕ, ਅਤੇ ਉਹਦੇ ਮਨ 'ਚ ਹੁੰਦਾ ਸੀਗਾ ਕਿ ਜਗਰਾਵਾਂ ਦੇ ਕੋਲ ਵੀ ਮੋਗੇ ਜਗਰਾਵਾਂ ਦੇ ਵਿਚਾਲੇ ਆਵੇ, ਅਤੇ ਜਦੋਂ ਜਗਰਾਵਾਂ ਹੀ ਆ ਗਏ ਵਿਚਾਲੇ ਆ ਗਿਆ ਸਵਾਦ ਜਾਂਦਾ। ਹਾਂਜੀ ਬਹੁਤ ਸਵਾਦ ਹੋ ਗਿਆ। ਸ਼ਾਮ ਲਾਲ ਢਾਬਾ ਮੈਂ ਪਹੁੰਚੇ, ਕੈਸਾ ਲੱਗ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ। ਪਹਿਲਾਂ ਤਾਂ ਮੇਰੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਵਧੀਆ। ਇਹ ਸਾਡਾ ਆਪਦਾ ਢਾਬਾ ਜੀ ਇਹ, ਠੀਕ ਆ। ਜਦੋਂ ਵੀ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ, ਜਦੋਂ ਵੀ ਅਸੀਂ ਇੱਧਰ ਆਉਂਦੇ ਹਾਂ ਨਾ, ਸਪੈਸ਼ਲੀ ਇੱਥੇ ਰੁਕ ਕੇ ਜਾਂਦੇ ਹਾਂ। ਬਹੁਤ ਵਧੀਆ, ਹਰ ਚੀਜ਼ ਬਹੁਤ ਵਧੀਆ, ਮੁੰਡੇ ਬਹੁਤ ਆਦਰ ਮਾਣ ਕਰਦੇ ਹਾਂ। ਔਰ ਖਾਣਾ ਜਿਹੜਾ ਟੇਸਟ ਬਹੁਤ ਵਧੀਆ, ਬਹੁਤ ਵਧੀਆ। ਸਪੈਸ਼ਲ ਸੈਂਡਵਿਚ ਖਾ ਕੇ ਜਾਂਦੇ ਹਾਂ, ਸਪੈਸ਼ਲ ਅਸੀਂ ਇਹਨਾਂ ਦੇ ਬਹੁਤ ਵਧੀਆ ਮਾਤਰਾ। ਇਹਨਾਂ ਨੇ ਬੜੇ ਜਿੰਦ ਪਕੌੜੇ ਖਾਧੇ ਤੁਸੀਂ ਸਾਰਿਆਂ ਨੇ ਨਾਲ? ਨਹੀਂ ਕੋਈ ਇਹੋ ਜਿਹੀ ਗੱਲ ਨਹੀਂ, ਕਿਤੇ ਕਿਤੇ ਖਾਣੀ ਚਾਹੀਦੀ ਆ, ਚਾਹੀਦੇ ਹਨ ਚਾਰੇ ਪਾਸੇ, ਕੋਈ ਇਹੋ ਜਿਹੀ ਗੱਲ ਨਹੀਂ। ਬਹੁਤ ਵਧੀਆ ਤੁਸੀਂ ਖਾਧੇ, ਮਤਲਬ ਵਧੀਆ ਤੁਹਾਨੂੰ ਲੱਗਿਆ ਸਰ? ਬਹੁਤ ਵਧੀਆ ਲੱਗਾ ਜੀ, ਤਾਂ ਹੀ ਵਾਰੀ ਵਾਰੀ ਆਈਦਾ ਇੱਥੇ। ਅਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵੀ ਜਿਹੜੇ ਦੇਖ ਰਹੇ? ਹਾਂ ਮੈਂ ਇਹੀ ਕਹਿਣਾ ਚਾਹੁੰਦੀ, ਆਓ ਜਿਹਨੂੰ ਵੀ ਆਓ, ਜੋ ਨਾਂ 'ਤੇ ਟੱਪਦੇ, ਜੋ ਇਹਨੂੰ ਸੇਵਾ ਦਾ ਮੌਕਾ ਦਿਓ। ਇੱਕ ਤਾਂ ਸ਼ਾਮ ਲਾਲ ਦਾ ਨਾਮ ਵੀ ਅੱਜ ਤੋਂ 50 ਸਾਲਾਂ ਦਾ ਨਾਮ, ਉਹ ਤਾਂ ਪੁਰਾਣਾ ਰਾਜੇ, ਕਿਉਂਕਿ ਮੋਗੇ ਇਹਨਾਂ ਦਾ ਢਾਬਾ। ਉਹ ਨਾਮ ਅਤੇ ਇੱਥੋਂ ਦੇ ਵਿਅੰਜਨ ਦੋਨੋਂ ਜੀ ਰਲ ਕੇ, ਜਦੋਂ ਆਪਾਂ ਜਿੱਦਾਂ ਇਹਨਾਂ ਦਾ ਮਿਲਕਦਮ ਬੜਾ ਮਸ਼ਹੂਰ ਹੈ, ਜਿਹੜਾ ਗੁੜ ਵਾਲਾ ਮਿਲਕਦਮ ਤੁਸੀਂ ਕਹਿ ਰਹੇ ਸੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਜੀ। ਅੱਲਾ ਇਹਨਾਂ ਨੂੰ ਇੰਨੀ ਰਹਿਮਤ ਵਰਤੇ,
ਇਹਨਾਂ ਤੋਂ ਸੰਭਾਲੇ ਨਾ ਜਾਵੇ ਕੋਈ ਵੀ ਚੀਜ਼, ਬਹੁਤ ਵਧੀਆ। ਆਪਾਂ ਹੁਣ ਜਿੱਥੇ ਖੜ੍ਹੇ ਹਾਂ ਇਹਦੇ ਮਗਰ ਆਪਾਂ ਦੇਖ ਰਹੇ ਹਾਂ ਕਿ ਅੱਜ ਇੱਥੇ ਬਹੁਤ ਹੀ ਗ੍ਰੈਂਡ ਪਾਰਟੀ ਸੀਗੀ, ਔਰ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਸਾਫ਼ ਸਫਾਈ ਜਿਹੜੀ ਚੱਲ ਰਹੀ ਹੈਗੀ ਆ, ਔਰ ਇੱਕ ਐਸਾ ਹਾਲ ਹੈ ਜਿੱਥੇ ਤੁਸੀਂ ਆ ਕੇ ਆਪਣੇ ਕੋਈ ਵੀ ਕਿੱਟੀ ਪਾਰਟੀ ਹੈ, ਕੋਈ ਹੋਰ ਪਾਰਟੀਆਂ ਜਿਹੜੀਆਂ ਹੈਗੀਆਂ ਔਰਗਨਾਈਜ਼ ਕਰ ਸਕਦੇ ਹੋ, ਬਰਥਡੇ ਹੈ ਜਿਹੜਾ ਉਹ ਔਰਗਨਾਈਜ਼ ਕਰ ਸਕਦੇ ਹੋ, ਈਵਨ ਕਿ ਸਿੰਪਲ ਵਿਆਹ ਜਿਹੜੇ ਜਿਹਦੇ ਵਿੱਚ ਜ਼ਿਆਦਾ ਮਤਲਬ ਬੰਦਿਆਂ ਦਾ ਅਰੇਂਜਮੈਂਟ ਨਹੀਂ ਹੋਵੇ, 70-80 ਬੰਦਿਆਂ ਦਾ, 50 ਬੰਦਿਆਂ ਦਾ, ਉਹ ਵੀ ਬਿਲਕੁਲ ਈਜ਼ੀ ਆਫ ਗੋਇੰਗ ਤਰੀਕੇ ਦੇ ਨਾਲ ਇੱਥੇ ਜਿਹੜਾ ਹੈਗਾ ਔਰਗਨਾਈਜ਼ ਹੋ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਪੂਰਾ ਨਏ ਨਏ ਜਿਹੜਾ ਹੈਗਾ ਫਸਟ ਕਲਾਸ ਦੇ ਏ ਸੀ ਲੱਗੇ ਹੋਏ ਨੇ ਇੱਥੇ, ਔਰ ਪੂਰੀ ਸਫਾਈ ਜਿਹੜੀ ਹੈਗੀ ਆ ਹੁਣ ਤੁਸੀਂ ਦੇਖ ਹੀ ਰਹੇ ਹੋ ਆਪਣੇ ਆਪ ਹੀ, ਔਰ ਐਟਮੋਸਫੀਅਰ ਕਿਹੋ ਜਿਹਾ ਲੱਗ ਰਿਹਾ ਜਿਵੇਂ ਕੋਈ ਬਹੁਤ ਹੀ ਵਧੀਆ ਆਪਾਂ ਕਿਸੇ ਮੈਟਰੋ ਪੋਲਟਨ ਸ਼ਹਿਰ ਦੇ ਵਿੱਚ ਖੜ੍ਹੇ ਹੋਏ। ਜੋ ਵੀ ਹੈ ਨਾਲ ਆਪਣੇ ਪਿਤਾ ਦੀ ਮਿਹਰਬਾਨੀ ਨਾਲ ਇੱਥੇ ਤੱਕ ਪਹੁੰਚਿਆ ਅੱਜ ਤੱਕ, ਪਰ ਉਹਨਾਂ ਦੀ ਆਗਿਆ ਤੋਂ ਬਿਨਾਂ ਮੈਂ ਬਾਹਰ ਨਹੀਂ ਜਾ ਸਕਿਆ ਅਤੇ ਨਾ ਹੀ ਜਾਵਾਂ। ਔਰ ਜਿੱਥੋਂ ਤੱਕ ਗੱਲ ਹੈ ਕੁਆਲਿਟੀ ਦੀ, ਤੁਸੀਂ ਕਦੇ ਵੀ ਕੁਆਲਿਟੀ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ, ਜਾਂ ਦੁੱਧ ਦੀ ਗੱਲ ਹੋਵੇ ਪਿਓਰ ਦੁੱਧ ਪਹਿਲਾਂ ਦਿਨ ਤੋਂ ਹੀ ਤੁਸੀਂ ਮਤਲਬ ਉਹੋ ਜਿਹਾ ਦੁੱਧ ਜੀ ਚੁੰਗਲ ਨਹੀਂ ਪੈਂਦੀ, ਔਰ ਮੱਖਣ ਮਲਾਈਆਂ ਸਿੰਥੈਟਿਕ ਕੋਈ ਵੀ ਚੀਜ਼ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ, ਔਰ ਹਮੇਸ਼ਾ ਪਨੀਰ ਵਗੈਰਾ ਜਿਹੜਾ ਹੈਗਾ ਆਪਦਾ ਕੱਢ ਕੇ ਆਪਦੀ ਤਸੱਲੀ ਦੇ ਨਾਲ ਦਹੀਂ ਵਗੈਰਾ ਆਪਣੇ ਇਹ ਜਮਾਈ ਦਾ, ਰਾਤ ਨੂੰ ਜਮਾਈ ਦਾ ਦਹੀਂ, ਸਵੇਰੇ ਦੁੱਧ ਆਉਂਦਾ ਉਹਨੂੰ ਬਾਲੀ ਦਾ ਫਿਰ ਦਹੀਂ ਜਮਾਈ ਦਾ। ਔਰ ਸਭ ਤੋਂ ਖਾਸ ਗੱਲ ਜਿਹੜੀ ਹੈਗੀ ਆ ਵੈਜ ਅਤੇ ਨੋਨ ਵੈਜ ਦਾ ਤੁਸੀਂ ਬੜਾ ਧਿਆਨ ਰੱਖਦੇ ਹੋ, ਜਿਹੜੇ ਬੰਦੇ ਵੈਜ ਆ ਉਹਨਾਂ ਨੂੰ ਤੁਸੀਂ ਵੈਜ ਖਾਣੇ ਪਰੋਸਦੇ ਹੋ, ਔਰ ਇਹ ਨਹੀਂ ਹੈ ਕਿ ਨੋਨ ਵੈਜ ਦੇ ਨਾਲ ਅਟੈਚ? ਨਾ ਜੀ, ਨਾ ਨਾ, ਇਹ ਨਹੀਂ ਹੋ ਸਕਦਾ, ਅੱਡੋ ਅੱਡ ਸਾਰਾ ਕੁਛ ਅੱਡ ਅੱਡ ਕਰਦਾ, ਤਿਆਰ ਵੀ ਅੱਡ ਕਰੀਦਾ ਸਭ ਕੁਛ ਅੱਡ, ਬਾਕੀ ਮਾਲਕ ਦੀ ਮਿਹਰਬਾਨੀ ਹੈ ਜੀ। ਬਾਕੀ ਤੁਸੀਂ ਨਾਨਕਸਰ ਘਰ ਦੇ ਬੜੇ ਨੇੜੇ ਬੈਠੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਉਹਨਾਂ ਦੇ ਵੀ ਆਸ਼ੀਰਵਾਦ ਬਾਬਿਆਂ ਦਾ ਵੀ ਲੱਗਦਾ? ਹਾਂਜੀ ਹਾਂਜੀ ਜ਼ਰੂਰ, ਬਾਬੇ ਜੀ ਤੋਂ ਬਿਨਾਂ ਤਾਂ ਤੁਰ ਵੀ ਨਹੀਂ ਸਕਦਾ, ਪਤਾ ਨਹੀਂ ਹਿਲਦਾ ਅਤੇ ਅਸੀਂ ਤਾਂ ਕੀ ਚੀਜ਼। ਵੀਰ ਜੀ, ਅੱਜ ਜਿਹੜਾ ਤੁਹਾਡੇ ਸੁਪਨਿਆਂ ਨੂੰ ਬੂਰ ਮਿਲ ਚੁੱਕਿਆ ਹੈਗਾ, ਔਰ ਜੋ ਪੌਦਾ ਤੁਹਾਡੇ ਪਿਤਾ ਜੀ ਹੋਰਾਂ ਨੇ, ਦਾਦਾ ਜੀ ਹੋਰਾਂ ਨੇ ਲਗਾਇਆ ਸੀਗਾ, ਉਹ ਇੱਕ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਸੇਵਾ ਜਿਹੜੀ ਦੇ ਰਿਹਾ ਹੈਗਾ, ਔਰ ਉਹਦੇ ਵਿੱਚ ਹੀ ਅਸੀਂ ਦੇਖ ਰਹੇ ਹਾਂ ਕਿ ਬੜਾ ਹੀ ਸ਼ਾਨਦਾਰ ਜਿਹੜਾ ਹੈਗਾ ਇਹ ਜੀ ਟੀ ਰੋਡ ਦੇ ਉੱਪਰ ਜਗਰਾਵਾਂ ਅਤੇ ਅਜਤਵਾਲ ਦੇ ਵਿਚਾਲੇ ਜਿਹੜਾ ਹੈਗਾ ਇਹ ਸ਼ਾਮ ਲਾਲ ਢਾਬਾ ਜਿਹੜਾ ਹੈਗਾ ਖੋਲ੍ਹਿਆ ਗਿਆ। ਕਿੰਨੀ ਕੁ ਪਹਿਲਾਂ ਸਾਨੂੰ ਦੱਸੋ ਖੁਸ਼ੀ ਹੋਈ ਤੁਹਾਨੂੰ, ਔਰ ਕਿਵੇਂ ਤੁਸੀਂ ਅੱਜ ਵੀ ਉਹੀ ਸ਼ਾਮ ਲਾਲ ਦੀਆਂ ਜਿਹੜੀਆਂ ਜਿਸ ਤਰੀਕੇ ਦਾ ਉਹਨਾਂ ਦੇ ਸੰਸਕਾਰ ਸੀਗੇ, ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ, ਜਿਸ ਤਰੀਕੇ ਨਾਲ ਉਹਨਾਂ ਨੇ ਸਿੰਪਲਿਸਿਟੀ ਰੱਖੀ, ਔਰ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੇ ਆਪ ਨੂੰ ਉੱਚਾ ਨਹੀਂ ਸਮਝਿਆ, ਬਲਕਿ ਗ੍ਰਾਹਕ ਦੇ ਲਈ ਉਹਨਾਂ ਨੇ ਗਾਰਾ ਨੂੰ ਹਮੇਸ਼ਾ ਰੱਬ ਦਾ ਰੂਪ ਸਮਝਿਆ, ਕੀ ਕਹਿਣਾ ਚਾਹੁੰਦੇ? ਸਰ ਜੀ, ਪਹਿਲੀ ਗੱਲ ਤਾਂ ਹੈ ਜੋ ਸਾਨੂੰ ਸਤਿਕਾਰ, ਜੋ ਸਾਨੂੰ ਸਿੱਖਿਆ ਸਾਡੇ ਮਾਂ ਪਿਓ ਨੇ ਦਿੱਤੀ ਹੈ, ਉਹ ਤਾਂ ਬਹੁਤ ਹੀ ਸਮਝਣ ਲੱਗ ਹੈ। ਅਸੀਂ ਹਮੇਸ਼ਾ ਆਪਣੇ ਆਪ ਨੂੰ ਉੱਚਾ ਨਹੀਂ ਸਮਝਦੇ, ਅਸੀਂ ਇਹ ਦੇਖਦੇ ਹਾਂ ਸਾਡੇ ਕੋਲ ਚਾਹੇ ਅੱਜ ਹੈ ਚਾਹੇ ਨਹੀਂ ਹੈ, ਪਹਿਲੀ ਗੱਲ ਤਾਂ ਮਾਲਕ ਤਾਂ ਬਹੁਤ ਖੁਸ਼ ਹੈ, ਅਸੀਂ ਹਮੇਸ਼ਾ ਗ੍ਰਾਹਕ ਨੂੰ ਆਪਣਾ ਰੱਬ ਸਮਝਿਆ, ਅਸੀਂ ਗਾਹਕ ਨੂੰ ਗਾਹਕ ਨਹੀਂ ਕਦੇ ਸਮਝਿਆ, ਰੱਬ ਸਮਝਿਆ ਹਮੇਸ਼ਾ, ਸਾਡੇ ਲਈ ਹਮੇਸ਼ਾ ਗਾਹਕ ਰੱਬ ਦਾ ਰੂਪ ਹੈ, ਅਸੀਂ ਉਹਨੂੰ ਸਿਰ ਝੁਕਾਟ ਹੀ ਮੰਨਦੇ ਹਾਂ। ਔਰ ਬਾਕੀ ਗੱਲ ਜਿੱਦੀ ਰਹੀ, ਗਾਹਕ ਆਵੇ ਅਸੀਂ ਤਾਂ ਉਹਨੂੰ ਇਹ ਚਾਹੁੰਦੇ ਹਾਂ ਵੀ ਸਾਡੇ ਲਈ ਸਾਡਾ ਰੱਬ ਆ ਚੁੱਕਾ ਇੱਥੇ, ਠੀਕ ਹੈ ਜੀ। ਬਾਕੀ ਸੰਸਕਾਰ ਸਾਨੂੰ ਮਾਂ ਪਿਓ ਨੇ ਇੰਨੇ ਕੁ ਦੇਣ ਕਰਕੇ ਰੱਖਿਆ ਜੀ, ਅਸੀਂ ਇਹਨਾਂ ਤੋਂ ਕਦੇ ਬਾਹਰ ਨਹੀਂ ਹੋ ਸਕਦੇ, ਜੋ ਸਾਨੂੰ ਇਹਨਾਂ ਤੋਂ ਪਿਆਰ ਮਿਲਿਆ, ਸ਼ਾਇਦ ਹੀ ਕੋਈ ਮਾਂ ਪਿਓ ਨੂੰ ਕੋਈ ਪਿਓ ਦੇਵੇ ਕਿਸੇ ਬੱਚੇ ਨੂੰ ਨਾ ਪਿਆਰ ਜਿੰਨਾ ਸਾਨੂੰ ਇਹਨਾਂ ਤੋਂ ਮਿਲਿਆ। ਵੀਰ ਜੀ, ਕੁਆਲਿਟੀ ਜਿਹੜੀ ਕਿ ਪਿਤਾ ਜੀ ਹੋਰਾਂ ਨੇ, ਦਾਦੂ ਜੀ ਹੋਰਾਂ ਨੇ ਸ਼ੁਰੂ ਕੀਤੀ, ਉਹੀ ਕੁਆਲਿਟੀ ਨੂੰ ਤੁਸੀਂ ਮੇਨਟੇਨ ਕਰ ਰਹੇ ਹੋ, ਚਾਹੇ ਉਹ ਸਬਜ਼ੀਆਂ ਦੀ ਗੱਲ ਹੈ, ਚਾਹੇ ਉਹ ਦਾਲਾਂ ਦੀ ਗੱਲ ਹੈ, ਸਬਜ਼ੀ ਤੁਸੀਂ ਆਪ ਖਰੀਦ ਕੇ ਲਿਆਉਂਦੇ ਹੋ, ਦਾਲਾਂ ਜਿਹੜੀਆਂ ਹੈਗੀਆਂ ਬਿਲਕੁਲ ਚੁਗੀਆਂ ਹੋਈਆਂ ਦਾਲਾਂ, ਔਰ ਜੀਰਾ, ਹਰੀ ਮਿਰਚ, ਜਿਹੜਾ ਮਸਾਲੇ ਆਪ ਸਵਾ ਕੇ ਜਿੱਦਾਂ ਤੁਹਾਡੇ ਫਾਦਰ ਹੋਰਾਂ ਨੇ ਕੀਤਾ, ਉਹੀ ਚੀਜ਼ਾਂ ਤੁਸੀਂ ਇੱਥੇ ਲਿਆ ਰਹੇ ਹੋ। ਇਹੀ ਕਾਰਨ ਹੈ ਕਿ ਜਿਹੜਾ ਟੇਸਟ, ਹੁਣ ਜਿੱਦਾਂ ਕਿ ਆਪਾਂ ਗੱਲ ਕੀਤੀ ਆਪਣੇ ਕਸਟਮਰਸ ਨਾਲ, ਬੈਠੇ ਨਾਲ, ਜਿਹੜਾ ਬੰਦਾ ਇੱਕ ਵਾਰੀ ਆ ਜਾਂਦਾ ਉਹ ਦੁਬਾਰਾ ਜ਼ਰੂਰ ਵਿਜ਼ਿਟ ਕਰਦਾ। ਦੇਖੋ ਜੀ, ਮਸਾਲੇ ਤਾਂ ਹਰ ਕੋਈ ਪਾਉਂਦਾ ਜੀ ਚੀਜ਼ ਦੇ ਵਿੱਚ, ਅਸੀਂ ਮਸਾਲੇ ਤਾਂ ਪਾਉਂਦੇ ਹਾਂ, ਅਸੀਂ ਆਪਦਾ ਪਿਆਰ ਪਾ ਕੇ ਦਿੰਦੇ ਹਾਂ, ਉਹ ਸਾਨੂੰ ਉਹ ਪਿਆਰ ਸਾਨੂੰ ਸਾਡਾ ਲੈ ਕੇ ਆਉਂਦਾ ਕਸਟਮਰ ਦੇ ਵਿੱਚ, ਮਸਾਲੇ ਤਾਂ ਹਰ ਜਗ੍ਹਾ ਮਿਲਦੇ ਆ, ਜਿਹੜਾ ਕਿ ਪਿਆਰ, ਜੋ ਪਿਆਰ ਪਾ ਦਿੰਦਾ ਨਾ ਉਹ ਪਿਆਰ ਨਹੀਂ ਕਿਤੇ ਮਿਲਦਾ, ਜੋ ਸ਼ਾਮ ਲਾਲ ਪਰਿਵਾਰ ਪਾ ਕੇ ਦਿੰਦਾ ਨਾ ਪਿਆਰ, ਉਹ ਸ਼ਾਮ ਲਾਲ ਦੇ ਇੱਥੇ ਮਿਲਦਾ, ਉਹ ਹੋਰ ਢਾਬੇ ਨਹੀਂ ਮਿਲਦਾ। ਸਰ, ਜਿਸ ਤਰੀਕੇ ਨਾਲ ਤੁਸੀਂ ਹੁਣ ਆਪਣਾ ਕਿੱਟੀ ਪਾਰਟੀਆਂ ਔਰ ਮੈਰਿਜ਼ ਔਰ ਜਨਮਦਿਨ ਦਾ ਜਿਹੜਾ ਸ਼ੁਰੂ ਕੀਤਾ ਹੈਗਾ, ਔਰ ਉਹਦੇ 'ਚ ਵੀ ਤੁਸੀਂ ਲੋਕਾਂ ਨੂੰ ਬੜਾ, ਕਿਉਂਕਿ ਜਿਹੜੇ ਪਹਿਲੇ 100 ਕਸਟਮਰ ਹੈਗੇ ਆ ਉਹਨਾਂ ਨੂੰ ਤੁਸੀਂ ਡਿਸਕਾਊਂਟ ਵੀ ਬੜਾ ਵਧੀਆ ਵਧੀਆ ਦੇ ਰਹੇ ਹੋ, ਔਰ ਉਹਨਾਂ ਨਾਲ ਬੜਾ ਈਜ਼ੀ ਗੋਇੰਗ ਢੰਗ ਨਾਲ ਲੈ ਕੇ ਜਾ ਰਹੇ ਹੋ, ਵੀ ਜਿਵੇਂ ਆਪਣਾ ਹੀ ਉਹਨਾਂ ਦਾ ਆਪਦਾ ਹੀ ਪ੍ਰੋਗਰਾਮ ਹੋ। ਬਿਲਕੁਲ ਜੀ, ਉਹਨਾਂ ਦਾ ਖੁਦ ਦਾ ਹੀ ਹੈ ਜੀ, ਉਹ ਆਪਣਾ ਸਮਝਣਗੇ ਸਾਡੇ ਕੋਲ ਜ਼ਰੂਰ ਆਉਣਗੇ, ਅਸੀਂ ਕਿਸੇ ਨੂੰ ਇੰਨਾ ਮਹਿਸੂਸ ਹੋਣ ਦਈਦਾ ਨਹੀਂ ਜੀ ਉਹ ਕਿਸੇ ਬੇਗਾਨੀ ਜਗ੍ਹਾ 'ਤੇ ਬੈਠੇ, ਅਸੀਂ ਤਾਂ ਹਰ ਇੱਕ ਨੂੰ ਕਹਿੰਦੇ ਜੀ ਇਹ ਤੁਹਾਡਾ ਆਪਦਾ ਹੈ, ਜੇ ਕਸਟਮਰ ਆਪਣਾ ਆਪਦੇ ਸਮਝ ਕੇ ਚੱਲੂਗਾ ਤਾਂ ਅਸੀਂ ਸਭ ਕੁਛ ਖੁਸ਼ ਹੋਈ, ਤੁਹਾਨੂੰ ਸਭ ਕੁਛ ਮਿਲ ਗਿਆ।
ਔਰ ਜਦੋਂ ਤੱਕ ਨੋਨ ਵੈਜ ਜਾਂ ਵੈਜ ਦਾ ਸਵਾਲ ਹੈਗਾ, ਤੁਸੀਂ ਨੋਨ ਵੈਜ ਦੇ ਵਿੱਚ ਵੀ ਆਪਣੀ ਬੜੀ ਵਧੀਆ ਕੁਆਲਿਟੀ ਦੇ ਰਹੇ ਹੋ ਔਰ ਵੈਜ ਦੇ ਵਿੱਚ ਵੀ ਬਹੁਤ ਵਧੀਆ ਕੁਆਲਿਟੀ ਦੇ ਰਹੇ ਹੋ। ਔਰ ਸਭ ਤੋਂ ਵੱਡੀ ਗੱਲ ਇਹ ਵੀ ਤੁਹਾਡੇ ਸਦਾਈ ਹੋਰਾਂ ਨੇ ਜੋ ਦੱਸਿਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਸ਼ਾਮ ਲਾਲ ਢਾਬੇ ਦੇ ਵਿੱਚ ਕਦੇ ਵੀ ਜਿਹੜਾ ਬੰਦਾ ਵੈਸ਼ਨੂੰ ਮਨ ਦੇ ਵਿੱਚ ਆਊਗਾ ਉਹ ਵੈਸ਼ਨੂੰ ਹੀ ਰਹੂਗਾ, ਇਹ ਨਹੀਂ ਹੈ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਅਟੈਚ ਕਰ ਦਾਂਗੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਜੀ, ਬਿਲਕੁਲ ਸਹੀ ਗੱਲ ਹੈ ਜੀ, ਜੋ ਵੈਜ ਖਾਊਗਾ ਉਹਨੂੰ ਵੈਜ ਹੀ ਮਿਲੇਗਾ। ਅਸੀਂ ਇਹ ਨਹੀਂ ਆਪਣੇ 150 ਦੇ ਲਾਲਚ ਨੂੰ ਅਸੀਂ ਕਿਸੇ ਧਰਮ ਪਿੱਛ ਨਹੀਂ ਕਰਨਾ ਚਾਹੁੰਦੇ ਜੀ, ਸਾਨੂੰ ਇਹੋ ਜਿਹਾ 150 ਨਹੀਂ ਚਾਹੀਦਾ। ਅਸੀਂ ਅਗਲੇ ਦੇਖਣਾ, ਕਿਉਂ ਅੱਜ ਅਸੀਂ ਨੋਨ ਵੈਜ ਖਿਲਾ ਵੀ ਦਿੰਦੇ ਹਾਂ, ਅਗਲਾ ਸਾਡੇ ਕੋਲ ਖਾ ਵੀ ਜਾਂਦਾ, ਉਸ ਚੀਜ਼ ਦਾ ਜੇ ਅਗਲੇ ਨੂੰ ਕੋਈ ਨੁਕਸਾਨ ਹੋ ਸਾਡਾ ਪਾਪ ਸਾਨੂੰ ਆਉਂਦਾ। ਅਸੀਂ ਨਹੀਂ ਚਾਹੁੰਦੇ ਸਾਡੇ 500 ਰੁਪਏ ਪਿੱਛੇ ਕਿਸੇ ਦਾ ਧਰਮ ਪਿੱਛੇ ਛੁੱਟੇ, ਇਹ ਸਾਡੇ 'ਚ ਹੈ ਨਹੀਂ। ਅਸੀਂ ਜੇ ਅਸੀਂ ਕਹਾਂਗੇ ਇਹ ਚੀਜ਼ ਗਲਤ, ਅਸੀਂ ਇਸ ਨੂੰ ਬਿਲਕੁਲ ਨਹੀਂ ਦੇਵਾਂਗੇ। ਪਹਿਲੀ ਗੱਲ ਤਾਂ ਸਾਡੇ ਕੋਲ ਇੱਥੇ ਗਲਤ ਕੰਮ ਹੁੰਦਾ ਹੀ ਨਹੀਂ, ਅਸੀਂ ਘੱਟ ਕਮਾ ਲਾਂਗੇ, ਘੱਟ ਰੋਟੀ ਖਾ ਲਾਂਗੇ, ਪਰ ਕਿਸੇ ਦੇ ਪਰ ਖਿਲਾਫ਼ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰ ਸਕਦੇ ਵਿੱਚ ਕਿਸੇ ਦਾ ਧਰਮ ਪਿੱਛੇ ਹੋਵੇ। ਸਰ ਅੱਜ ਕੀ ਫੈਸਿਲਿਟੀ ਹੈ ਜਿਹੜੀ ਤੁਹਾਡੇ ਅਵੇਲੇਬਲ ਹੈ? ਇੱਕ ਤਾਂ ਤੁਸੀਂ ਦੇਖ ਰਹੇ ਸੀ ਕਿ ਆਮ ਜਿਹੜਾ ਕਸਟਮਰ ਹੈਗਾ ਉਹ ਲੰਚ, ਡਿਨਰ, ਬ੍ਰੇਕਫਾਸਟ ਔਰ ਉਹਦੇ ਨਾਲ ਨਾਲ ਸਨੈਕਸ ਵਗੈਰਾ ਸਾਰੇ ਜਿਹੜੇ ਹੈਗੇ ਆ ਉਹ ਖਾ ਸਕਦਾ, ਉਹਦੇ ਨਾਲ ਨਾਲ ਕਿੱਟੀ ਪਾਰਟੀਆਂ ਦਾ, ਤਾਂ ਹੋਰ ਕੀ ਅਰੇਂਜਮੈਂਟ, ਕੀ ਤੁਸੀਂ ਫੈਸਿਲਿਟੀਜ਼ ਇੱਥੇ ਦੇ ਰਹੇ ਹੋ? ਅਤੇ ਸਰ ਸਾਡੇ ਫੈਮਿਲੀ ਹਾਲ ਹੈ ਜੀ, ਫੈਮਿਲੀ ਦੇ ਕਸਟਮਰ ਵਾਸਤੇ ਕਿੱਟੀ ਪਾਰਟੀ ਔਰ ਬੈਂਕਟ ਹਾਲ ਜੀ। ਅਸੀਂ ਇੱਕ ਨਿੱਜੀ ਬੀਅਰ ਬਾਰ ਉੱਪਰ ਨੈਕਸਟ ਮੰਥ, ਦੂਜੀ ਗੱਲ ਇਹ 24 ਆਵਰਸ ਨੈਕਸਟ ਮੰਥ ਤੋਂ ਚੱਲੇਗਾ ਢਾਬਾ ਸਾਡਾ ਜੀ। ਜਦੋਂ ਵੀ ਕਸਟਮਰ ਸਾਡੇ ਕੋਲ, ਜਦੋਂ ਮੇਰਾ ਭੈਣ ਭਰਾ ਜਦੋਂ ਮਰਜ਼ੀ ਰਾਤ ਨੂੰ ਭਾਵੇਂ 2 ਵਜੇ 3 ਵਜੇ ਆ ਜਾਵੇ, ਉਹਨੂੰ ਉਸ ਟਾਈਮ ਰੋਟੀ ਮਿਲੇਗੀ, ਕੋਈ ਨਾ ਨਹੀਂ ਹੋਏਗੀ ਜੀ। ਹਾਂ, ਪਿੱਛੇ ਕੋਈ ਰਹਿਣ ਦਾ ਕੋਈ ਪ੍ਰੋਬਲਮ ਪੈਂਦੀ ਹੈ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਦੇ ਉੱਤੇ, ਅਸੀਂ ਉਹਨਾਂ ਦੀ ਹੈਲਪ ਕਰਨ ਨੂੰ ਵੀ ਤਿਆਰ ਹਾਂ ਜੀ, ਕਰਦੇ ਵੀ ਹਾਂ ਅਤੇ ਕਰਾਂਗੇ ਵੀ ਅਤੇ ਕਰਦੇ ਵੀ ਰਹਾਂਗੇ। ਇਹ ਨਹੀਂ ਹੈਗਾ ਕਸਟਮਰ ਸਾਡੇ ਕੋਲ VIP ਵਧੀਆ ਬਣਾਤਾ ਅਤੇ ਅਸੀਂ ਉਸ ਕਸਟਮਰ ਨੂੰ ਭੁੱਲ ਜਾਂਗੇ ਜਦੋਂ ਸਾਡੀ ਸ਼ੁਰੂਆਤ ਹੋਈ ਸੀ। ਅਸੀਂ ਉਹ ਕਸਟਮਰ ਨੂੰ ਪਹਿਲ ਦੇਣੀ ਹੈ ਵੀ ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਸਾਡੇ ਲਈ ਕਸਟਮਰ ਦੋਨੇ ਇੱਕ ਬਰਾਬਰ ਹੈ, ਚਾਹੇ ਉਹ ਟਰੱਕ ਵਾਲਾ ਚਾਹੇ ਉਹ ਕਾਰ ਵਾਲਾ। ਸਾਡੇ ਟਰੱਕਾਂ ਵਾਸਤੇ ਸਪੈਸ਼ਲ ਬਣਾਉਣਾ ਜੀ, ਬਾਹਰ ਨੈਕਸਟ ਮੰਥ ਤੋਂ ਸ਼ੁਰੂ ਹੋਏਗਾ। ਜਿਵੇਂ 60 ਰੁਪਏ 50 ਰੁਪਏ ਜਿਵੇਂ ਟਰੱਕ ਵਾਲੇ ਦੀ ਹੁੰਦੀ ਰੋਟੀ ਚੱਲਦੀ, ਉਸ ਤਰ੍ਹਾਂ ਦੀ ਨੂੰ ਵਧੀਆ ਰੋਟੀ ਬਣਾ ਕੇ ਦੇਵਾਂਗੇ। ਜਿਹੜਾ ਕਸਟਮਰ ਨਹੀਂ ਬਾਹਰ ਬੈਠ ਕੇ VIP ਕਸਟਮਰ, ਉਹਨੂੰ ਅੰਦਰ ਜਗ੍ਹਾ ਮਿਲੇਗੀ ਜੀ, ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ। ਕਿਸੇ ਨੂੰ ਕੋਈ ਫਰਕ ਵਾਲੀ ਚੀਜ਼ ਦਿੱਤੀ ਜਾਵੇ, ਕੁਆਲਿਟੀ ਘੱਟ ਦੇਵਾਂਗੇ ਟਰੱਕਾਂ ਵਾਲੇ ਨਾਲ, ਕੁਆਲਿਟੀ ਬਰਾਬਰ ਮਿਲੇਗੀ ਜੀ, ਬਿਲਕੁਲ ਪ੍ਰੋਪਰ ਵਧੀਆ ਮਿਲੇਗੀ ਜੀ। ਫਰਕ ਦੇਖੋ ਜੀ, ਮੈਂ ਤੁਹਾਨੂੰ ਇਸ ਚੀਜ਼ ਦਾ ਪਹਿਲਾਂ ਵੀ ਦੱਸ ਚੁੱਕਿਆ ਜੀ, ਮਸਾਲੇ ਹਰ ਜਗ੍ਹਾ ਮਿਲਦੇ ਆ, ਸਭ ਚੀਜ਼ ਬਾਜ਼ਾਰੋਂ ਮਿਲਦੀ ਹੈ, ਕੀ ਨਹੀਂ ਮਿਲਦਾ। ਅਸੀਂ ਸ਼ਾਮ ਨਾਲ ਪਰਿਵਾਰ ਉਸ ਚੀਜ਼ ਵਿੱਚ ਪਿਆਰ ਪਾ ਕੇ ਦਿੰਦੇ ਹਾਂ, ਉਹ ਇਹ ਪਿਆਰ ਹੀ ਸਾਨੂੰ ਸਾਰਾ ਕੁਛ ਖਿੱਚ ਕੇ ਲੈ ਕੇ ਆਉਂਦਾ ਜੀ ਉਹਨਾਂ ਵਿੱਚ। ਔਰ ਸਭ ਤੋਂ ਵੱਡੀ ਗੱਲ ਜਿਹੜਾ ਤੁਹਾਡਾ ਬਿਹੇਵੀਅਰ ਹੈਗਾ, ਯੂ ਆਰ ਅ ਗ੍ਰੈਮ ਲੈਵਲ ਪਰਸਨ, ਤੁਸੀਂ ਹਰੇਕ ਬੰਦੇ ਦੇ ਨਾਲ ਅਟੈਚ ਹੋ ਜਾਂਦੇ ਹੋ। ਅਸੀਂ ਇੱਕ ਵਾਰ ਪਹਿਲਾਂ ਜਾਂਦੇ ਜਾਂਦੇ ਇੱਕ ਵਾਰ ਆਪ ਅਸੀਂ ਰੁਕੇ ਸੀਗੇ ਦੁੱਧ ਪੀਣ ਦੇ ਲਈ ਤੁਹਾਡੇ ਕੋਲ, ਬੜੇ ਪੇਨ ਦੇ ਨਾਲ ਤੁਸੀਂ ਹਲਦੀ ਪਵਾਈ ਦੁੱਧ ਦੇ ਵਿੱਚ, ਉਦੋਂ ਸਾਨੂੰ ਖੁਦ ਨੂੰ ਵੀ ਪ੍ਰੋਬਲਮ ਸੀਗੀ ਅਤੇ ਉਦੋਂ ਵੀ ਤੁਸੀਂ ਸਾਡਾ ਬੜਾ ਮਾਣ ਸਤਿਕਾਰ ਕੀਤਾ। ਬਾਹਰ ਆ ਕੇ ਤੁਸੀਂ ਹਰੇਕ ਕਸਟਮਰ ਨਾਲ ਹੀ ਤੁਸੀਂ ਇੱਦਾਂ ਕਰਦੇ ਹੋ? ਬਿਲਕੁਲ ਜੀ, ਤੁਹਾਨੂੰ ਕਿਹਾ ਜੀ, ਕਸਟਮਰ ਸਾਡਾ ਕਸਟਮਰ ਨਹੀਂ ਸਾਡਾ ਰੱਬ ਹੈ ਜੀ। ਅਸੀਂ ਦਿਲੋਂ ਪਿਆਰ ਕਰਦੇ ਹਾਂ ਜੀ, ਅਸੀਂ ਦਿਖਾਵਾ ਨਹੀਂ ਕਰਦੇ ਕਿਸੇ ਨੂੰ, ਦਿਖਾਵਾ ਨਾ ਕੀਤਾ ਤਾਂ ਨਾ ਹੀ ਕਰਾਂਗੇ ਕਦੇ। ਸਾਡਾ ਦਿਲੋਂ ਪਿਆਰ ਹੈ ਕਸਟਮਰ ਨਾਲ, ਜਿਵੇਂ ਅਸੀਂ ਘਰ ਆਪਣੇ ਫੈਮਿਲੀ ਮੈਂਬਰ ਨੂੰ ਰਹਿੰਦੇ ਹਾਂ, ਸਾਡੇ ਕਸਟਮਰ ਅਸੀਂ ਆਪਣੀ ਫੈਮਿਲੀ ਸਮਝਦੇ ਹਾਂ। ਜੇ ਅੱਜ ਸਹੀ ਫੈਮਿਲੀ ਸਮਝਦੇ ਹਾਂ ਤਾਂ ਸਾਡੇ ਕੋਲ ਜ਼ਰੂਰ ਆਏਗਾ ਫੈਮਿਲੀ ਦਾ ਫੈਮਿਲੀ ਜੀ। ਅਤੇ ਸਾਡੇ ਸ਼ਾਮ ਲਾਲ ਢਾਬਾ ਜੀ, ਇਹ ਸਾਡਾ ਮਿਊਜ਼ਿਕ ਸਿਸਟਮ ਹੈ ਜੀ, ਇਸ ਦਾ ਇਹ ਹੈਗਾ ਬੈਂਕਟ ਹਾਲ ਸਾਡੇ ਜੀ, ਇੱਥੇ ਕਮ ਸੇ ਕਮ ਘੱਟੋ 150 ਬੰਦੇ ਦੀ ਗੈਦਰਿੰਗ ਹੋ ਸਕਦੀ ਜੀ। ਠੀਕ ਹੈ ਜੀ, ਆਹ ਦੇਖ ਲਓ, ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਮਿਊਜ਼ਿਕ ਸਿਸਟਮ ਸਾਡਾ DJ ਆਪਣਾ ਜੀ, ਇੱਦਾਂ ਇਹ ਸਾਡਾ ਹਾਲ ਹੈ ਜੀ, ਤੁਸੀਂ ਕਵਰਿੰਗ ਦੇਖ ਸਕਦੇ ਹੋ। 150 ਬੰਦੇ ਦੀ ਅਰੇਂਜਮੈਂਟ ਹੈ ਜੀ, ਉੱਥੇ ਨੀਚੇ ਬੇਸਮੈਂਟ ਬਣੀ ਹੋਈ ਹੈ, ਅਸੀਂ ਇੱਥੇ ਬੀਅਰ ਬਾਰ ਬਣਾ ਰਹੇ ਹਾਂ ਜੀ, ਅਜੇ ਰੈਡੀ ਨਹੀਂ ਹੋਇਆ, ਕੰਮ ਚੱਲ ਰਿਹਾ ਮਿਸਤਰੀਆਂ ਦਾ, ਇਸ ਕਰਕੇ ਥੋੜ੍ਹੀ ਜਿਹੀ ਗੰਦਗੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਬੀਅਰ ਬਾਰ ਬਣਨਾ ਜੀ, ਕਮ ਸੇ ਕਮ 70-80 ਬੰਦੇ ਗੈਦਰਿੰਗ ਹੋ ਸਕਦੀ ਹੈ ਆਰਾਮ ਨਾਲ, ਕਿਸੇ ਕਿ ਫੈਮਿਲੀ ਕਸਟਮਰ ਉੱਪਰ ਜੇ ਕੋਈ ਪਾਰਟੀ ਚੱਲਦੀ ਉਹਨੂੰ ਕੋਈ ਡਿਸਟਰਬਿੰਗ ਨਹੀਂ ਹੋਏਗੀ, ਇਸ ਕਰਕੇ ਅਸੀਂ ਬੇਸਮੈਂਟ 'ਚ ਰੱਖਿਆ ਵੀ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਹੋਵੇ। ਜਾਂ ਦੇ ਵਿੱਚ ਕਿਵੇਂ ਡਰਿੰਕ ਵਾਲਾ ਸਾਈਡ 'ਤੇ ਬਣਾਇਆ ਅਸੀਂ, ਬੇਸਮੈਂਟ 'ਚ ਬਣਾਇਆ, ਕਿਸੇ ਨੂੰ ਅਸੀਂ ਫੈਮਿਲੀ ਨੂੰ ਆਪਣੀ ਭੈਣਾਂ ਨੂੰ ਆਪਣੀ ਮਾਵਾਂ ਨੂੰ ਅਤੇ ਭਰਾਵਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਂਦੀ, ਇਸ ਕਰਕੇ ਅਸੀਂ ਨੀਚੇ ਨੂੰ ਸੈਪਰੇਟ ਕੀਤਾ ਜੀ। ਦੇਖੋ ਜੀ, ਸਾਡੇ ਕਜ਼ਨ ਵੀਰ ਜੀ, ਮੈਂ ਤਾਏ ਦਾ ਬੇਟਾ, ਬਟ ਹੈ ਲੱਕੜ ਦਾ ਮਿਸਤਰੀ ਹੈ, ਸਾਰਾ ਕੁਛ ਜੋ ਮੇਨਟੇਨ, ਜੋ ਇਹਨੇ ਫਰਨੀਚਰ ਵਗੈਰਾ ਜੋ ਵੀ ਇੱਥੇ ਇਹਦਾ ਟੋਟਲੀ ਕੰਮ ਹੈ ਇਹ ਮੇਰੇ ਵੀਰ ਨੇ ਬਣਾਇਆ, ਮੈਂ ਤੁਹਾਨੂੰ ਉਹਨਾਂ ਪੁੱਛਣਾ ਚਾਹਾਂਗਾ। ਹਾਂਜੀ ਵੀਰ ਜੀ, ਤੁਸੀਂ ਇੰਨਾ ਵਧੀਆ ਸਮਾਨ ਬਣਾਇਆ ਭਾਈ, ਜਿੰਨਾ ਵੀ ਇੱਥੇ ਇੰਟੀਰੀਅਰ ਬਣਾਏ ਆਪਣੇ ਬੈਂਕਟ ਹਾਲ ਦਾ, ਬਾਕੀ ਬੀਅਰ ਬਾਰ ਹਾਲ ਬਾਰ ਦਾ, ਆਹ ਇਹ ਸਾਰਾ ਬਣ ਰਿਹਾ ਵਾ, ਉੱਪਰ ਜਿੰਨਾ ਵੀ ਇੰਟੀਰੀਅਰ ਬਣਿਆ ਹੋਇਆ ਸਾਰਾ ਇਹ ਆਪਦੇ ਹੈਡ ਵਾ ਜਿੰਨਾ ਵੀਰ ਜੀ, ਜਿੰਨਾ ਵੀ ਇੰਟੀਰੀਅਰ ਬਣਿਆ ਜੀ, ਸਾਰਾ ਆਪਦਾ ਫੈਮਿਲੀ ਮੇਰੇ ਰਿਲੇਸ਼ਨ ਇਹਨਾਂ ਨਾਲ ਹੀ, ਠੀਕ ਹੈ, ਆਪਦਾ ਸਮਝ ਕੇ
ਕੋਈ ਬਾਹਰ ਨੈੱਟ ਤੋਂ ਸਾਰੇ ਲਾਗੇ ਨੈੱਟ ਤੋਂ ਲਾਗੇ ਅਸੀਂ ਡਿਜ਼ਾਇਨ ਪਾਏ ਆ, ਬਾਹਰੋਂ ਕੋਈ ਵੀ ਕਿਤੇ ਕੋਈ ਦੇਖ ਕੇ ਨਹੀਂ ਪਾਏਗੇ। ਜੋ ਵੀ ਬਾਹਰਲਾ ਕਸਟਮਰ ਆਉਂਦਾ ਵਾ ਹਰੇਕ ਇੱਕ ਵਾਰੀ ਜ਼ਰੂਰ ਪੁੱਛਦਾ ਵੀ ਇਹ ਚੀਜ਼ ਦੀ ਸਿਫਤ ਕਰਦਾ ਵਾ। ਬਾਕੀ ਪਰਮਾਤਮਾ ਦੀ ਉੱਪਰ ਮਿਹਰ ਆ ਜੀ ਆਪਣੇ ਸਿਰ 'ਤੇ ਹੀ,